ਇੱਥੇ ਤੇਰੀ ਕੋਈ ਦੂਰ ਤੱਕ ਆਵਾਜ਼ ਸੁਣਨ ਵਾਲਾ ਨਹੀਂ ਕਰਦਾ, ਸਮਝ ਗਈ ਨਾ? ਪਰ ਤੂੰ ਹੈ ਕੌਣ ਮੈਨੂੰ ਇਹ ਤਾਂ ਦੱਸ ਦੇ, ਮੈਂ ਤੇਰੇ ਕੀ ਮਾੜਾ ਕੀਤਾ? ਹੈ ਤੂੰ ਮੈਂ ਤੇਰਾ ਆਸ਼ਕ ਉੱਪਰ ਸੱਚ ਕੋਈ ਆਸ ਤਾਂ ਤੇਰੇ ਬਹੁਤ ਜ਼ਿਆਦਾ ਨਹੀਂ, ਪਰ ਤੂੰ ਨਾ ਇੱਕ ਦੀ ਹੋ ਸਕਦੀ ਹੈ। ਕੀ ਮਤਲਬ ਹੈ ਤੇਰਾ? ਨਾਮ ਦੱਸ ਤਾਂ ਤੂੰ ਕੌਣ ਹੈ? ਮੈਂ ਕੌਣ? ਮੈਂ ਤੇਰਾ ਪ੍ਰੇਮੀ, ਤੈਨੂੰ ਪਿਆਰ ਕਰਨਾ, ਜੋ ਤੇਰੇ ਲਈ ਕਿਸੇ ਦੀ ਜਾਨ ਲੈ ਵੀ ਸਕਦਾ ਤੇ ਕਿਸੇ ਨੂੰ ਜਾਨ ਦੇ ਵੀ ਸਕਦਾ। ਮੇਰਾ ਪ੍ਰੇਮੀ ਨਾ ਸਿਰਫ ਇੱਕੋ ਹੀ ਆ, ਤੇ ਉਹ ਹੈ ਤਾਰੀ। ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹ ਤੇਰੇ ਜਾਨਾਂ ਮਾਰ ਤੂੰ। ਚੁੱਪ ਕਰਕੇ ਬਹਿ ਜਾ ਕਿ ਮੈਂ ਬੜਬੜ ਲਈ ਆ, ਕਿਤੇ ਮੇਰੇ ਹੱਥ ਨਾ ਆਉਂਦੀ ਮਰਜ਼ੀ ਤੂੰ। ਤੂੰ ਮੇਰਾ ਹੱਥ ਤਾਂ ਨਾ ਕਿ ਵੇਖ, ਹੱਥ ਲਾ ਕੇ ਦੇਖਾਂ। ਕੀ ਗੱਲ ਹੈ, ਸੋਚ ਲੱਗੀ ਪਈ ਹੈ, ਇਹ ਦਿੱਕਤ ਨਹੀਂ ਹੈ। ਮੁੰਡਾ ਆ ਗਿਆ ਨੂੰ ਪੁੱਛ ਦਾ ਕੀ ਗੱਲ ਬਾਪੂ, ਕਿਵੇਂ ਸੋਚਾਂ ਜੀ ਚ ਬੈਠਾ? MLA ਦਾ ਤਾਂ ਨਹੀਂ ਆ ਗਿਆ ਦੁਬਾਰੇ ਫੋਨ? ਉਹ ਨਹੀਂ ਪੁੱਤ, MLA ਦਾ ਫੋਨ ਤਾਂ ਕਾਹਨੂੰ ਆ ਗਿਆ, ਆਪਣੀ ਹੈਪੀ ਨਹੀਂ ਆਈ ਹਜੇ ਤੀਕਰ, ਉਹ ਮੈਨੂੰ ਤਾਂ ਉਸੇ ਦੀ ਸੋਚ ਲੱਗੀ ਪਈ ਹੈ, ਹਲੇ ਤੀਕਰ ਘਰੇ ਨਹੀਂ ਆਈ। ਕੀ ਗੱਲ ਹੈ ਬਾਪੂ, ਤੂੰ ਮੈਨੂੰ ਹੁਣ ਦੱਸਣ ਲੱਗ ਰਿਹਾ, ਨਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਉਹ ਪਹਿਲਾਂ ਤੈਨੂੰ ਦੱਸਦਾ ਕਿ ਮੈਂ ਰਾਤ ਉਹਨੇ ਮੈਸੇਜ ਕਰਤਾ ਸੀ ਮੈਨੂੰ, ਕਹਿੰਦੀ ਬਾਪੂ ਮੈਂ ਆਉਂਦੀ ਨਹੀਂ। ਅੱਛਾ, ਨਾ ਬਾਪੂ ਇਹ ਤਾਂ ਕੋਈ ਗੜਬੜ ਹੈ, ਕਿਉਂ ਪਹਿਲਾਂ ਵੀ ਉਹ ਕਿੰਨੇ ਵਾਰੀ ਗਈ ਹੈ ਦੇਖ, ਅੱਗੇ ਤਾਂ ਕਦੇ ਆਏ ਹੋਇਆ ਨਹੀਂ, ਉਹ ਤਾਂ ਸਵੇਰੇ ਟਾਈਮ ਨਾਲ ਹੀ ਘਰੇ ਆ ਜਾਂਦੀ ਸੀ। ਓਏ ਉਹੀ ਤਾਂ ਮੈਂ ਕਹਿਣਾ, ਤੂੰ ਉਹਦੇ ਜਾ ਕੇ ਪੁੱਛ, ਉਹ ਮੁੰਡਾ ਨਹੀਂ ਉਹ ਤਾਰੀ, ਉਹਨੂੰ ਪੁੱਛ ਲੈ ਕੀ ਆ ਉਹਨੂੰ ਪਤਾ ਹੋਵੇ। ਹਾਂ ਬਾਪੂ, ਨਾਲੇ ਮੈਂ ਕਰਦਾ, ਨਾਲੇ ਤਾਂ ਮੈਂ ਤਾਰੀ ਨੂੰ ਪੁੱਛਦਾ, ਨਾਲੇ ਮੈਂ ਕਾਲਜ 'ਚ ਹੀ ਜਾ ਆਉਂਦਾ, ਹੈ ਨਾ? ਹੋਰ ਪਤਾ ਲੱਗ ਜੂ ਮਾੜਾ ਮੋਟਾ। ਪਤਾ ਕਰ ਪੁੱਤ, ਮੈਨੂੰ ਤਾਂ ਟੈਨਸ਼ਨ ਬਹੁਤ ਹੋਈ ਪਈ ਹੈ ਕਿ ਵੀ ਗੱਲ ਕੀ ਹੈ। ਮੈਂ ਕਰਦਾ ਬਾਪੂ, ਕਾਲਜ 'ਚ ਜਾ ਆਉਂਦਾ, ਨਾਲੇ ਗੁਰਵਿੰਦਰ ਨੂੰ ਲੈ ਜਾਂਦਾ ਨਾਲ। ਹੋਰ ਪੁੱਤ, ਦੋਨੇ ਜਣੇ ਪੁੱਛੋ ਉੱਥੇ, ਉਹਨੇ ਕਿਹਾ ਤਾਂ ਸੀ ਮੈਂ ਅੱਜ ਨਹੀਂ ਆਉਂਦੀ ਰਾਤ, ਅਤੇ ਪਰ ਆਈ ਹਜੇ ਤੀਕਰ ਨਹੀਂ ਉਹ। ਕੀ ਬਾਪੂ, ਤੇਰੀਆਂ ਤਾਂ ਜਮੀ ਸੌ ਲੱਗੇ ਕੱਚੀਆਂ ਗੱਲਾਂ ਨੇ, ਤੂੰ ਮਾੜਾ ਮੋਟਾ ਧਿਆਨ ਰੱਖਿਆ ਕਰ। ਤੂੰ ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ, ਮਾੜਾ ਝਿੜਕ ਕੇ ਰੱਖਿਆ ਕਰ ਉਹਨੂੰ। ਉਹ ਹੁਣ ਮੈਂ ਭਾਈ ਬਥੇਰਾ ਕਹਿਣਾ ਗਾ, ਹੁਣ ਮੈਨੂੰ ਤਾਂ ਇਹੋ ਚੱਲ ਮੈਸੇਜ ਕਰਤਾ ਵੀ ਚੱਲ ਆ ਜੂ ਤੜਕੇ ਸਦੇ, ਹਾਂ ਆਈ ਹਜੇ ਤੀਕਰ ਨਹੀਂ। ਓਏ ਆਹੀ ਕੰਮ ਹੁੰਦੇ ਨੇ ਬਾਪੂ, ਉਹ ਤਾਂ ਪਤਾ ਹੀ ਨਹੀਂ ਲੱਗਦਾ। ਚੱਲ ਮੈਂ ਦੇਖਦਾ, ਕੋਈ ਨਹੀਂ ਤੂੰ ਐਂ ਕਰੀ ਫੋਨ ਫਾਨ ਲਾ ਕੇ ਦੇਖੀ, ਚੱਲ ਜੇ ਲੱਗ ਗਿਆ ਮੈਨੂੰ ਦੱਸ ਦੀ ਚੰਗਾ। ਐਂ ਦੇਖਦਾ ਜੇ ਤੈਨੂੰ ਕੁਛ ਪਤਾ ਲੱਗ ਜੇ, ਤੂੰ ਮੈਨੂੰ ਉਹਦੀ ਫੋਨ ਕਰਦੀ ਵੀ। ਹਾਂ ਬਾਪੂ ਠੀਕ ਹੈ। ਗੱਲ ਤਾਂ ਗੁਰਵਿੰਦਰ ਟਿਕਾਈ ਨਾਲ ਹੀ ਆ, ਹੁਣ ਕੀ ਕਰੀਏ ਸੋਚ ਲੱਗ ਰਹੀ ਆ। ਤਾਰੀ ਬਈ, ਤਾਰੀ ਹੈਗਾ ਕੋਈ ਘਰੇ? ਤਾਰੀ? ਹਾਂ ਬਾਈ ਦੱਸੋ ਕੀ ਗੱਲ ਹੈ। ਬਾਈ ਤਾਰੀ ਕਿੱਥੇ ਮੜਾ? ਤਾਰੀ ਨੂੰ ਬੁਲਾਈ ਮਿਲਣਾ। ਤਾਰੀ ਨੂੰ ਤਾਂ ਮਿਲਣਾ, ਦੱਸ ਤਾਂ ਦਿਓ ਤੁਸੀਂ ਕੌਣ ਹੋ। ਬਾਈ ਸਾਨੂੰ ਤਾਰੀ ਦੀ ਲੋੜ ਆ ਯਾਰ, ਤਾਰੀ ਚਾਹੀਦਾ ਮੜਾ, ਛੇਤੀ ਬੁਲਾ ਲੈ ਤਾਰੀ। ਓਏ ਸਾਡੀ ਰਾਤ ਦੀ ਕੁੜੀ ਤਾਰੀ ਹੈ ਨਹੀਂ ਕਰੇ, ਸਾਡੀ ਕੁੜੀ ਭੱਜ ਗਈ ਯਾਰ ਰਾਤ ਦੀ ਘਰੋਂ। ਬਾਈ ਸਾਡੀ ਕੁੜੀ ਰਾਤ ਦੀ ਗਾਇਬ ਹੈਗੀ, ਸਾਨੂੰ ਸ਼ੱਕ ਹੈ ਵੀ ਉਹ ਤਾਰੀ ਨਾਲ ਭੱਜੀ ਹੈ, ਕਿਉਂਕਿ ਤਾਰੀ ਨਾਲ ਉਹਦੀ ਗੱਲਬਾਤ ਸੀਗੀ। ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਹੈਗਾ, ਤਾਰੀ ਤਾਂ ਸਵੇਰ ਦਾ ਕਾਲਜ ਗਿਆ ਹੋਇਆ ਹੈਗਾ। ਪਹੁੰਚ ਗਏ? ਦੇਖ ਬਾਈ, ਇੰਨਾ ਤਾਂ ਸਾਨੂੰ ਸਾਡੇ ਤਾਰੀ 'ਤੇ ਮਾਣ ਹੈ ਵੀ ਉਹ ਇੱਜ਼ਤਾਂ ਨਾਲ ਖਿਲਵਾੜ ਨਹੀਂ ਕਰਦਾ, ਪਿਆਰ ਜ਼ਰੂਰ ਕਰਦਾ ਹੋਊਗਾ, ਪਰ ਉਹ ਤਾਂ ਸਵੇਰੇ ਤਿਆਰ ਬੈਰ ਹੋ ਕੇ ਕਾਲਜ ਗਏ। ਬਾਈ
ਗੁੱਸਾ ਨਾ ਕਰਿਓ ਯਾਰ, ਤੁਹਾਨੂੰ ਪਤਾ ਯਾਰ ਮੇਰੀ ਭੈਣ ਤੀ ਹੈ ਨਾ, ਕੁੜੀ ਘਰੋਂ ਭੱਜ ਗਈ ਹੋਵੇ ਤੇ ਸੋਚ ਤਾਂ ਹੁੰਦੀ ਹੈ ਯਾਰ। ਤਾਂ ਉਹ ਗੱਲ ਤਾਂ ਮੈਂ ਤੇਰੀ ਮੰਨਦਾ ਭੈਣ ਤੀ, ਪਰ ਬਈ ਤੁਸੀਂ ਐਂ ਕਰੋ ਨਾ, ਕਾਲਜ ਜਾ ਕੇ ਪਤਾ ਕਰੋ। ਚੱਲ ਫਿਰ ਇਹ ਵੀ ਠੀਕ, ਅਸੀਂ ਬਈ ਕਾਲਜ ਚ ਜਾ ਕੇ ਪਤਾ ਕਰਦੇ ਹਾਂ। ਕੋਈ ਗੱਲ ਨੀ, ਮੈਂ ਤਾਰੀ ਨਾਲ ਕਰਦਾ ਗੱਲ ਬਈ, ਬਈ ਪੁੱਛੇ ਪਤਾ ਹੋਇਆ ਤਾਂ। ਮੇਰੀ ਗੱਲ ਸੁਣੋ ਜੀ, ਤੁਸੀਂ ਵੀ ਇਹਨਾਂ ਨਾਲ ਕਾਲਜ ਜਾਓ, ਆਖਿਰਕਾਰ ਧੀ ਭੈਣ ਦਾ ਮਸਲਾ ਹੈਗਾ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਗੱਲ ਨੂੰ ਜਿੰਨਾ ਦਬਾਓ ਓਨਾ ਹੀ ਠੀਕ ਹੈ। ਚੱਲ ਕੋਈ ਨਾ, ਮੈਂ ਭੱਗ ਜਾਂਦਾ ਇਹਨਾਂ ਨਾਲ। ਉਹ ਨਾ ਨਾ ਬਾਈ, ਤੂੰ ਕਾਹਨੂੰ ਐਵੇਂ ਟੈਨਸ਼ਨ ਲੈਂਦਾ, ਅਸੀਂ ਭੱਗ ਜਾਂਦੇ ਹਾਂ, ਕੁੜੀ ਤਾਂ ਸਾਡੀ ਗਵਾਚੀ ਹੈ, ਤੁਹਾਨੂੰ ਕਾਹਨੂੰ ਪਰੇਸ਼ਾਨ ਕਰਨਾ। ਹਾਂ ਸਹੀ ਗੱਲ ਹੈ ਬਾਈ, ਤੁਸੀਂ ਰਹਿਣ ਅਸੀਂ ਭੱਗ ਜਾਂਗੇ। ਚੱਲ ਵੇਲੇ ਆਪਾਂ ਚੱਲ। ਉਹ ਨਾ ਨਾ ਬਾਈ, ਮੈਂ ਫਿਰ ਵੀ ਯਾਰ ਤੁਹਾਡੇ ਨਾਲ ਚੱਲਦਾ, ਸਾਨੂੰ ਤਾਂ ਬੇਸ਼ੱਕ ਇਸ ਗੱਲ ਦਾ ਪਤਾ ਨਹੀਂ ਸੀ, ਫਿਰ ਵੀ ਸਾਡਾ ਤਾਰੀ ਯਾਰ ਪਿਆਰ ਕਰਦਾ, ਉਹ ਸਾਡੇ ਵੀ ਪਰਿਵਾਰ ਦਾ ਹਿੱਸਾ ਬਣ ਗਈ। ਟੈਨਸ਼ਨ ਨਾ ਲਓ ਬਾਈ, ਮੈਂ ਤੁਹਾਡੇ ਨਾਲ ਚੱਲਦਾ। ਚੱਲ ਠੀਕ ਆ, ਆ ਜਾਓ। ਚੱਲ ਫਿਰ ਭੱਗ ਚੱਲ ਚੱਲ ਤੂੰ ਰਹਿ, ਮੈਂ ਜਾ ਕੇ ਆਉਣਾ। ਹਾਂ ਆ ਜਾਓ। ਬਾਈ ਕਾਤੇ ਆਈ ਸੀਗੇ ਤੁਸੀਂ? ਫਿਰ ਐਂ ਕਰੋ ਬਾਈ, ਮੋਟਰਸਾਈਕਲ ਲਾ ਦਿਓ ਅੰਦਰ, ਆਪਾਂ ਗੱਡੀ ਲੈ ਚੱਲਦੇ ਹਾਂ। ਅੰਦਰ ਕਾਹਨੂੰ ਲਾਉਣਾ ਬਿੱਲੇ? ਤੂੰ ਜਾ ਭਾਈ ਨਾਲ, ਮੈਂ ਰਿਸ਼ਤੇਦਾਰੀ 'ਚ ਪਤਾ ਕਰਕੇ ਆਉਣਾ, ਨੇੜੇ ਤੇੜੇ ਦੇਖ ਲੈਂਦੇ ਹਾਂ, ਪੁੱਛ ਪੜਤਾਲ ਕਰ ਲੈਂਦੇ ਹਾਂ। ਚੱਲ ਠੀਕ ਹੈ, ਫਿਰ ਐਂ ਕਰ ਲੈਂਦੇ ਗੁਰਵਿੰਦਰ, ਤੂੰ ਜਾ ਅਤੇ ਫੋਨ ਕਰਕੇ ਦੱਸ ਦੀ ਮੈਨੂੰ ਜਿਵੇਂ ਵੀ ਹੋਇਆ, ਠੀਕ ਹੈ? ਅਸੀਂ ਇੰਨੇ ਕਾਲਜ ਜਾ ਕੇ ਆਉਂਦੇ। ਹਾਂ ਹਾਂ ਠੀਕ ਹੈ, ਤੁਸੀਂ ਜਾ ਕੇ ਚਲਾ ਆਪਾਂ ਕਾਲਜ ਵੱਲ। ਚਲੋ ਉਹ ਲੈ ਆਊਂਗਾ ਯਾਰ, ਤੜਕੇ ਤਾਂ 10 ਵਾਰ ਫੋਨ ਕਰਤਾ, ਉਹ ਨਹੀਂ ਭੁੱਲਦਾ ਭਰਾਵਾ। ਮੈਂ 3 ਵਜੇ ਆਊਂਗਾ, ਆਉਣ ਲੱਗੇ ਤੇਰਾ ਸਮਾਨ ਮੈਂ ਫੜ ਲਿਆਉਂਗਾ। ਆਹੋ ਉਹ ਹੁਣ ਨਾ ਫੋਨ ਕਰੀ ਨਾਲੇ ਹੁਣ। ਚੰਗਾ ਲਾਡੀ ਓਏ, ਉਹ ਲਾਡੀ ਹਾਂ ਕੀ ਸੋਚੀਏ ਨਾ, ਉਹ ਕਿੱਧਰ ਗਵਾਚਿਆ? ਉਹ ਕੁਛ ਨਹੀਂ ਯਾਰ, ਕੱਲ੍ਹ ਮੈਂ ਤਾਰੀ ਦੇ ਘਰੇ ਗਿਆ ਸੀ। ਅੱਛਾ। ਮਾਤਾ ਘਰੇ ਤਾਰੀ ਸੀ ਅਤੇ ਨਾ ਉਹਦਾ ਭਰਾ, ਬਸ ਉਹੀ ਭਰਜਾਈ ਸੀ ਇਕੱਲੀ, ਅਤੇ ਉਹਨੂੰ ਮੈਂ ਸਾਰਾ ਕੁਛ ਦੱਸਿਆ ਆਪਣੇ ਦੇ ਹੈਪੀ ਬਾਰੇ, ਅਤੇ ਉਹਨੇ ਮੇਰੀ ਸਾਈਡ ਤਾਂ ਕੀ ਕਰੀ ਸੀ, ਉੱਟਾ ਮੇਰੇ ਗਲੀ ਪੈ ਗਈ। ਉਹ ਪੈਣੀ ਸੀ ਗੱਲ ਬਾਈ, ਨਾ ਤੂੰ ਉਹਦੇ ਘਰੇ ਕੀ ਲੈਣ ਗਿਆ ਸੀ ਨਾਲੇ? ਉਹ ਮੈਂ ਕੀ ਲੈਣ ਜਾਣਾ ਸੀਗਾ, ਮੈਂ ਤੁਹਾਨੂੰ ਇਹ ਦੱਸਣ ਗਿਆ ਸੀਗਾ ਵੀ ਮੈਂ ਨਾ ਹੈਪੀ ਨੂੰ 8 ਸਾਲਾਂ ਤੋਂ ਪਿਆਰ ਕਰਦਾ, ਅਤੇ ਆਹ ਤਾਰੀ ਤੁਹਾਡਾ ਵਿੱਚ ਆ ਰਿਹਾ। ਸਾਰੀ ਗੱਲਬਾਤ ਸੁਣ ਕੇ ਉਹਨੇ, ਉਹ ਤਾਂ ਮੈਨੂੰ ਉਲਟੇ ਹੀ ਬੋਲਣ ਲੱਗ ਗਈ, ਕਹਿੰਦੀ ਜਦੋਂ ਉਹ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੂੰ ਉਹਨਾਂ ਦਾ ਪਰਾਂ ਹੋ ਜਾ, ਤੂੰ ਵਿੱਚ ਕਿਉਂ ਆਉਣਾ ਹੈਗਾ, ਹੁਣ ਤੂੰ ਹੀ ਦੱਸ ਇਹ 'ਚ ਮੈਂ ਕੀ ਗਲਤ ਹੈਗਾ। ਉਹ ਬਾਈ ਗਲਤੀ ਤਾਂ ਸਾਰੀ ਤੇਰੀ ਹੋ ਆ, ਨਾਲੇ ਭਾਬੀ ਤਾਂ ਆਪਦੀ ਥਾਂ 'ਤੇ ਸਹੀ ਆ, ਉਹ ਜਦੋਂ ਹੈਪੀ ਤਾਰੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੂੰ ਕਾਹਤੋਂ ਰਾਹ ਦਾ ਰੋੜਾ ਬਣਿਆ? ਐਵੇਂ ਰਾਂਝਾ ਮਿਰਜਾ ਨਾ ਬਣ, ਸਮਝ ਗਿਆ ਨਾ? ਪਿੱਛੇ ਹਟ ਜਾ। ਉਹ ਪਿੱਛੇ ਕਿਵੇਂ ਹਟ ਜਾ, ਹੁਣ ਤਾਂ ਪਿਆਰ ਦੇ ਰਾਹਾਂ 'ਤੇ ਨਾ ਬਹੁਤ ਅੱਗੇ ਲੰਘਿਆ ਮੈਂ, ਅਤੇ ਮੁੜਨਾ ਬਹੁਤ ਮੁਸ਼ਕਲ ਹੈ, ਉਹਨੂੰ ਭੁੱਲਣ ਨਾਲ ਤਾਂ ਨਾ ਮੌਤ ਮਨਜ਼ੂਰ ਹੈ, ਮੈਨੂੰ ਪੂਰਾ ਯਕੀਨ ਹੈ। ਇੱਕ ਨਾ ਇੱਕ ਦਿਨ ਹੈਪੀ ਮੇਰੇ ਪਿਆਰ ਨੂੰ ਜ਼ਰੂਰ ਸਮਝੂ ਅਤੇ ਮੇਰੀ ਬਣਕੀ ਰਹੂਗੀ। ਓਏ ਹਾਂ ਬਾਈ, ਮੰਨ ਤਾਂ ਜਾਊਗੀ, ਪਰ ਇਸ ਜਨਮ 'ਚ ਨਹੀਂ, ਅਗਲੇ ਜਨਮ 'ਚ। ਉਹ ਨਾਲੇ ਇਸ ਜਨਮ 'ਚ ਜਿੰਨਾ ਚਿਰ ਤਾਰੀ ਹੈਗਾ ਨਾ, ਹੈਪੀ ਤੇਰੀ ਨਹੀਂ ਹੋ ਸਕਦੀ, ਪਰ ਜੇ ਹੈਪੀ ਤਾਂ ਆਪਦੀ ਕਰਨੀ ਹੈ ਨਾ, ਤਾਂ ਇੱਕ ਰਸਤਾ ਹੈਗਾ। ਕੋਈ ਉਹ ਕਿਹੜਾ ਰਸਤਾ ਹੈ? ਉਹ ਤਾਰੀ ਦਾ ਕੰਡਾ ਕੱਢਣਾ ਪਊਗਾ। ਉਹ ਇੱਕ ਹੀ ਬੋਲ ਰਹੇ ਯਾਰ, ਨਾਲੇ ਤਾਰੀ ਦਾ ਕੰਡਾ ਕਿਵੇਂ ਕੱਢ ਸਕਦਾ? ਯਾਰ ਆ ਉਹ ਮੇਰਾ। ਉਹ ਯਾਰ ਕਾਹਦਾ? ਟੱਟੂ ਦਾ ਯਾਰ ਆ ਉਹ। ਉਹ ਜਦੋਂ ਕੁੜੀ ਨੂੰ ਆ ਕੇ ਪ੍ਰਪੋਜ਼ਲ ਆ ਗਈ, ਹੱਥ ਕੱਢ ਲਿਆ ਕੁੜੀ ਨੇ, ਹੱਥ ਪੜ ਕੇ ਤੁਰਦੇ ਲੱਗੇ, ਕਾਹਦਾ ਯਾਰ ਆ? ਉਹ ਉਹਨੇ ਤਾਂ ਯਾਰੀ ਤੇਰੇ ਨਾਲ ਨਿਭਾਈ ਨਹੀਂ ਹੈਗੀ, ਅਤੇ ਤੂੰ ਕਹੀਏ ਨਾ ਕਿ ਯਾਰ ਆ ਮੇਰਾ ਉਹ।
ਮਰੀ ਜਾਣਾ ਗੱਲਾਂ। ਉਹ ਬਾਈ ਗੱਲ ਸੁਣ, ਉਹ ਜਦੋਂ ਕਾਲਜ ਵਿੱਚ ਉਹ ਬਾਹਾਂ 'ਚ ਬਾਹਾਂ ਪਾ ਕੇ ਤੇਰੇ ਮੂੰਹ 'ਤੇ ਜਾਂਦੇ ਨੇ, ਤੇਰਾ ਨਹੀਂ ਦਿਲ ਮੱਚਦਾ? ਹੈਂ ਦੱਸ ਹੁਣ। ਉਹ ਦਿਲ ਤਾਂ ਬਹੁਤ ਮੱਚ ਗਿਆ, ਪਰ ਕੀ ਕਰਾਂ, ਕੁੜੀ ਨਾਲੋਂ ਨਾ ਯਾਰ ਹੋ ਗਿਆ, ਮੈਂ ਤਾਂ ਨਹੀਂ ਉਹਨੂੰ ਮਾਰ ਸਕਦਾ। ਉਹ ਜੇ ਤੂੰ ਨਹੀਂ ਮਾਰ ਸਕਦਾ, ਮੈਂ ਮਾਰਦਾ ਫਿਰ ਤੇਰੇ ਲਈ ਉਹਨੂੰ। ਨਾ ਯਾਰ ਅਸੀਂ ਤਾਂ ਆਪਣੀ ਦੇਖੀ ਸਵੇਰ ਦੀ ਬਾਈ। ਉਹ ਯਾਰ ਇੱਥੇ ਬੈਠੀ ਹੋਣੀ ਕਿਤੇ, ਲੱਭ ਲੈ। ਉਹ ਯਾਰ ਕਿੱਥੇ ਲੱਭਾਂ, ਮੈਂ ਤਾਂ ਸਾਰੇ ਕਾਲਜ ਵਿੱਚ ਲੱਭ ਲਈ, ਨਾਲੇ ਮੇਰੀ ਰਾਤ ਦੀ ਗੱਲ ਹੀ ਨਹੀਂ ਹੋਈ। ਮੈਂ ਹੁਣ ਫੋਨ ਲਾਇਆ, ਫੋਨ ਬੰਦ ਆਈ ਜਾਂਦਾ। ਉਹ ਤੇਰੀ ਉਹਦੇ ਨਾਲ ਲੜਾਈ ਲੜੀ ਤਾਂ ਨਹੀਂ ਹੋਈ ਬਾਈ? ਉਹ ਬਾਈ ਲੜਾਈ ਕਿੱਥੇ ਯਾਰ, ਲੜਾਈ ਤਾਂ ਹੋਊ ਜੇ ਸਾਡੀ ਗੱਲ ਹੋਈ ਹੋ। ਰਾਤ ਦਾ ਮੈਂ ਦੇਖੀ ਜਾਂਦਾ, ਫੋਨ ਨਹੀਂ ਕਰਿਆ, ਹੁਣ ਫੋਨ ਬੰਦ ਆਈ ਜਾਂਦਾ। ਨਾਲੇ ਸਾਡੇ ਘਰੇ ਤਾਂ ਵਿਆਹ ਦੀਆਂ ਗੱਲਾਂ ਚੱਲੀ ਜਾਂਦੀਆਂ ਦੀ। ਵੱਡਾ ਬਾਈ ਇਹ ਇੱਥੇ ਕਿਵੇਂ? ਆਹ ਦੇਖੀ ਮਾੜਾ ਜਿਹਾ ਪੂਰੀ ਹੋਣੀ ਬਾਈ, ਤੁਸੀਂ ਕਿਵੇਂ ਇੱਥੇ ਕਾਲਜ 'ਚ? ਤਾਰੀ ਤਾਂ ਯਾਰ ਕਿਤੇ ਹੈਪੀ ਤਾਂ ਨਹੀਂ ਦੇਖੀ, ਉਹਦਾ ਫੋਨ ਬੰਦ ਆਈ ਜਾਂਦਾ। ਨਹੀਂ ਬਾਈ, ਅਸੀਂ ਤਾਂ ਬੈਠੇ ਗੱਲਾਂ ਕਰੀ ਜਾਂਦੇ ਸੀ, ਉਹਦਾ ਫੋਨ ਰਾਤ ਦਾ ਬੰਦ ਹੈ, ਨਾ ਉਹ ਕਾਲਜ 'ਚ ਆਈ। ਮੈਂ ਚੱਲ ਘਰੇ ਹੋਣੀ, ਕਾਲਜ 'ਚ ਵੀ ਨਹੀਂ ਆਈ ਯਾਰ। ਕੀ ਗੱਲ ਹੋ ਗਈ ਤਾਰੀ? ਇਹ ਹੈਪੀ ਦਾ ਭਾਈ ਹੈ। ਅੱਛਾ, ਹੈਪੀ ਲਾਪਤਾ ਹੈ ਰਾਤ ਤੋਂ। ਹੈਂ ਭਈਏ ਕੀ ਕਹਿ ਰਹੇ ਹੋ ਯਾਰ, ਰਾਤ ਦੀ ਲਾਪਤਾ ਹੈ ਯਾਰ? ਤੁਸੀਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਬਾਈ ਕੋਸ਼ਿਸ਼ ਤਾਂ ਇਹ ਨਹੀਂ ਕੀਤੀ ਯਾਰ, ਮੇਰੇ ਡੈਡੀ ਨੂੰ ਮੈਸੇਜ ਆਇਆ ਸੀਗਾ ਉਹਦਾ, ਉਹ ਕਹਿੰਦੀ ਮੈਂ ਸਹੇਲੀ ਦੇ ਘਰੇ ਆਏਗੀ, ਕੱਲ੍ਹ ਨੂੰ ਆ ਜੂੰਗੀ। ਮੁੜ ਕੇ ਅਸੀਂ ਨੇ ਫੋਨ ਲਾਇਆ ਬਾਈ, ਤੜਕੇ ਦਾ ਨਾ ਉਹਦਾ ਫੋਨ ਲੱਗਦਾ ਨਾ ਕੁਛ ਹੋਰ। ਇਹੋ ਜਿਹੀ ਕਿਹੜੀ ਸਹੇਲੀ ਹੈ ਜਿਹਦੇ ਨਾਲ ਵਿਭਾਗੀ ਉਹ? ਪਤਾ ਨਹੀਂ ਬਾਈ, ਮੈਂ ਤਾਂ ਦੋ ਤਿੰਨ ਸਹੇਲੀਆਂ ਨੂੰ ਪੁੱਛ ਲਿਆ ਉਹਦੀਆਂ ਨੂੰ, ਉਹ ਕਹਿੰਦੀਆਂ ਹਜੇ ਆਈਆਂ ਨਹੀਂ ਸਾਡੇ ਲਈ। ਮੈਂ ਚੱਲ ਇੱਕ ਵਾਰੀ ਕਾਲਜ 'ਚ ਜਾ ਕੇ ਪਤਾ ਕਰਦੇ ਹਾਂ। ਪਰ ਬਾਈ ਹੈਪੀ ਇੰਨੀ ਅਣਗਲੀ ਤਾਂ ਕਰ ਹੀ ਨਹੀਂ ਸਕਦੀ ਯਾਰ। ਹੋਰ ਯਾਰ, ਉਹੀ ਗੱਲ ਹੈ ਨਾ ਬਾਈ, ਇਸੀ ਗੱਲ ਦੀ ਸੋਚ ਹੈ ਵੀ ਉਹ ਬਿਨਾਂ ਦੱਸੇ ਜਾਂਦੀ ਨਹੀਂ। ਚੱਲ ਮੰਨ ਕੇ ਚੱਲ, ਜੇ ਸਹੇਲੀ ਲਵੇ ਗਈ ਵੀ ਹੈ ਤਾਂ ਫੋਨ ਬੰਦ ਕਰਨ ਦਾ ਤਾਂ ਕੋਈ ਮਸਲਾ ਹੀ ਨਹੀਂ। ਉਹ ਬਾਈ ਆਪਣੇ ਲੱਭਿਆ ਨਹੀਂ ਮਿਲਣੀ ਉਹ, ਆਪਾਂ ਥਾਣੇ 'ਚ ਰਾਬਟ ਲਿਖਾਉਣਾਗੇ, ਪਾਪੀ ਲੱਭਣਗੇ। ਨਾ ਨਾ ਬਾਈ, ਬਾਈ ਥਾਣੇ 'ਚ ਨਹੀਂ, ਗੱਲ ਵੱਧ ਜੂਗੀ, ਇੱਜ਼ਤ ਦਾ ਮਸਲਾ ਹੈ। ਨਾ ਯਾਰ ਠਾਣੇ ਵਾਲੇ ਬਾਈ ਤਫਤੀਸ਼ ਕਰਨਗੇ, ਆਲੇ ਦੁਆਲੇ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਦੀ ਕੁੜੀ ਨਹੀਂ ਹੈਗੀ। ਬੇਇੱਜ਼ਤੀ ਹੋ ਜੂ ਯਾਰ, ਆਪਾਂ ਖੜ ਕੇ ਟਾਈਮ ਨਾਲ ਬਰਬਾਦ ਕਰੋ। ਮੈਂ ਜਿੰਨੀਆਂ ਕੁੜੀਆਂ ਨੂੰ ਜਾਣਦਾ, ਮੈਂ ਸਾਰਿਆਂ ਤੋਂ ਪਤਾ ਸਤਾ ਲੈਣਾ ਵੀ ਕਿਹੜੀ ਕੁੜੀ ਦਾ ਜਨਮ ਦਿਨ ਸੀ, ਕਿਹਦੇ ਬਰਥਡੇ ਤੇ ਗਈ ਆ, ਨਹੀਂ ਗਈ, ਜਾਂ ਫਿਰ ਕਿੱਥੇ ਹੈਗੀ ਆ ਉਹ। ਤੁਸੀਂ ਸਾਰੇ ਲੈਕਚਰਾਂ 'ਚ ਪਤਾ ਕਰੋ, ਨਾਲੇ ਮਾੜਾ ਜਿਹਾ ਗੌਰ ਰੱਖਿਓ, ਬਾਲਾ ਰੌਲਾ ਨਾ ਪਾਇਓ ਬਾਈ। ਪਤਾ ਨਾ ਲੱਗੇ ਬਾਈ ਬਣ ਕੇ ਕਿਸੇ ਨੂੰ ਹੱਥ ਬੰਨ ਕੇ, ਬੇਨਤੀ ਆ ਯਾਰ। ਨਹੀਂ ਨਹੀਂ ਬਾਈ, ਯਾਰ ਕਿਉਂ ਗੱਲਾਂ 'ਚ ਟਾਈਮ ਖਰਾਬ ਕਰਦੇ ਹੋ? ਆ ਚੱਲੀਏ ਤਾਰੀ, ਆਪਾਂ ਲੱਭਦੇ ਹਾਂ, ਤੁਸੀਂ ਬਾਹਰ ਲੱਭੋ ਬਾਈ, ਕਾਲਜ 'ਚ ਅਸੀਂ ਦੇਖਦੇ ਹਾਂ। ਹਾਂ ਬਾਈ, ਮੈਂ ਇੱਕ ਸਹੇਲੀ ਦਾ ਘਰ ਜਾਣਦਾ, ਉਹਦੀ ਦਾ ਆਪਾਂ ਉਹਦੇ ਲਵੇ ਪਤਾ ਕਰਕੇ ਆਉਣਾ, ਨਾਲੇ ਨੰਬਰ ਮਿਲ ਜੂ ਗਾਹਾਂ ਦੀ ਗਾਹਾਂ ਕਿਸੇ ਹੋਰ ਸਹੇਲੀ ਦਾ। ਚੱਲ ਠੀਕ ਹੈ ਬਾਈ, ਜਾਓ ਕਰਦੇ ਆ ਪਤਾ। ਹਾਂ ਬਾਈ, ਥਾਣੇ ਨਾਲ ਗੱਲ ਕਰਿਓ, ਥਾਣੇ ਵਾਲੇ ਆਪਾਂ ਨੂੰ ਬਾਈ ਪਾਣੀ ਫਿਰ ਰੱਖਣਗੇ ਆਪਾਂ ਨੂੰ। ਹਾਂ ਬਾਈ, ਨਾ ਥਾਣੇ 'ਚ ਨਹੀਂ ਗੱਲ ਕਰਦੇ। ਸਿਆਣੀ ਹੈ ਬਾਈ ਤੇਰੀ, ਚਲੋ ਤੁਸੀਂ ਤਾਰੀ ਗੌਰ ਕਰ ਚੰਗਾ। ਚਲੋ ਬਾਈ ਫੋਨ ਕਰ ਦਿਓ। ਹਾਂ ਹਾਂ ਯਾਰ ਸੰਜੇ, ਐਵੇਂ ਹੈਪੀ ਜਾ ਕਿੱਥੇ ਸਕਦੀ ਹੈ ਯਾਰ? ਜਿਹਨੂੰ ਕਿਸੇ ਦੇ ਜਨਮ ਦਿਨ 'ਤੇ ਜਾਣਾ ਹੁੰਦਾ ਤਾਂ ਮੈਨੂੰ ਤਾਂ ਦੱਸਦੀ, ਉਹਨੇ ਮੇਰੇ ਨਾਲ ਵੀ ਨਹੀਂ ਕੋਈ ਗੱਲ ਕਰੀ। ਜਦੋਂ ਮੇਰੇ ਨਾਲ ਗੱਲ ਕਰੀ ਆ, ਉਹ ਤਾਂ ਚੰਗੀ ਭਲੀ ਦੀ, ਨਾ ਉਹਨੇ ਕੋਈ ਗੱਲਬਾਤ ਨਾ ਕੁਛ ਹੋਰ। ਹੋਰ ਯਾਰ, ਮੈਨੂੰ ਤਾਂ ਆਪ ਬਹੁਤ ਸੋਚ ਲੱਗੀ ਪਈ ਆ, ਪਤਾ ਨਹੀਂ ਕਿੱਥੇ ਹੂੰ, ਕਿਹੜੇ 'ਚ ਹੱਲਾ 'ਚ ਹੋਊਗੀ। ਚੱਲ ਆ ਜਾਓ, ਲੱਭ ਜਾਂਗੇ। ਚੱਲ ਬਾਈ ਪਤਾ ਕਰਦੇ ਹਾਂ। ਬਾਈ ਯਾਰ ਬੜਾ ਹੈ ਤਾਂ ਪਤਾ ਹੀ ਨਹੀਂ ਲੱਗਿਆ ਕੀ ਬਣ ਗਿਆ ਕੀ ਨਾ ਬਣਿਆ। ਮੈਂ ਰਾਤ ਗੱਲ ਵੀ ਨਹੀਂ ਕਰੀ, ਨਾ ਮੇਰੇ ਨਾਲ ਗੱਲ ਹੋਈ ਆ, ਮੈਂ ਤਾਂ ਨਹੀਂ ਗੋਗਾ ਜਾ ਕਰਿਆ ਵੀ ਹੈ ਨਾ, ਚੱਲ ਸੋਸ ਹੋ ਗਈ ਹੋਣੀ, ਇਹ ਨਹੀਂ ਪਤਾ ਦੀ ਵੀ ਐਂ ਬਣ ਹੋ ਗਿਆ ਆਪਣੇ ਨਾਲ। ਆ ਗਏ ਭਾਬੀ, ਪਾਣੀ ਲਈ ਭਾਬੀ ਨੇ, ਚੱਲ ਦੇਖਦੇ ਹਾਂ ਬਾਈ ਕੀ ਬਣਦਾ ਕੀ ਨਾ ਬਣਦਾ। ਬਣਨਾ ਕੀ ਹੈ, ਸੋਚ ਤਾਂ ਤਾਰੀ ਹੈਗੀ ਓ ਹੈ, ਜਦੋਂ ਤੱਕ ਵਿਚਾਰੀ ਘਰੇ ਨਹੀਂ ਆਉਂਦੀ ਹੈਗੀ, ਨਾਲੇ ਤਾਂ ਕਦੇ ਦੱਸੀ ਨਹੀਂ ਹੈਗਾ ਇਸ ਗੱਲ ਬਾਰੇ। ਬਾਈ ਦੱਸਦਾ ਕਿਵੇਂ,
ਮੈਨੂੰ ਆਏ ਤੀ ਵੀ ਚੱਲ ਜਦੋਂ ਟਾਈਮ ਜਿਹਾ ਹੋਇਆ ਉਸ ਹਿਸਾਬ ਨਾਲ ਦੱਸ ਦੂੰਗਾ, ਪਹਿਲੀ ਕਾਹਨੂੰ ਗੱਲ ਕਰਨੀ ਹੈ। ਕੀ ਬਣਿਆ ਜੀ, ਮਿਲ ਗਈ ਹੈਪੀ? ਬੜਾ ਨੂੰ ਮਿਲ ਗਈ ਭਾਬੀ, ਕਿਤੇ ਨਹੀਂ ਮਿਲੀ, ਸਾਰੇ ਕਿਤੇ ਲੱਭ ਕੇ ਮੁੜੇ। ਕਾਲਜ 'ਚ ਤਾਂ ਅੱਜ ਸਵੇਰ ਦੀ ਨਹੀਂ ਆਈ ਉਹ, ਮੈਨੂੰ ਆਏ ਤੀ ਮੈਂ ਚੱਲ ਵੈਸੇ ਛੁੱਟੀ ਮਾਰ ਲਈ ਹੋਣੀ, ਪਰ ਜਦੋਂ ਬਾਈ ਹੋਰੀ ਕਾਲਜ ਦੇਖੇ ਮੇਰੇ ਤਾਂ ਹੋਸ਼ ਉੱਡ ਗਏ ਵੀ ਬਾਈ ਹੋਰੀ ਕਿਵੇਂ ਆ ਕੇ ਕਾਲਜ 'ਚ। ਇਹਨਾਂ ਨੇ ਆ ਕੇ ਦੱਸਿਆ ਵੀ ਆਹ ਚੱਕਰ ਹੋ ਗਿਆ। ਲਾਡੀ? ਲਾਡੀ ਕੌਣ ਭਾਬੀ? ਕੀ ਕਹਿੰਦਾ ਦੀ ਭਾਬੀ, ਫਿਰ ਕੀ ਬੋਲਦਾ ਦੀ ਬਾਈ ਉਹ? ਬੋਲਣਾ ਤਾਂ ਕੀ ਸੀਗਾ? ਮੈਂ ਦੱਸਦੀ ਹਾਂ ਜੀ, ਉਦਣ ਧਮਕੀ ਦੇ ਕੇ ਗਿਆ ਲਾਡੀ, ਕਹਿੰਦਾ ਤਾਰੀ ਤੇ ਹੈਪੀ ਦੋਨੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਕਹਿੰਦਾ ਮੈਂ ਕਰਦਾ ਹੈਪੀ ਨੂੰ ਪਿਆਰ, ਵੀ ਤਾਰੀ ਸਾਡੇ ਵਿੱਚ ਆ ਰਿਹਾ ਗਾ, ਕਹਿੰਦਾ ਜੇ ਤਾਰੀ ਨਾ ਹਟਿਆ ਨਾ ਕਹਿੰਦਾ ਮੈਂ ਉਹਨੂੰ ਜਾਨੋਂ ਮਾਰ ਦੂੰਗਾ। ਪਰ ਉਹਦਾ ਤਾਰੀ ਨਾਲ ਕੀ ਵੈਰ ਹੈ? ਬਾਈ ਤੈਨੂੰ ਮੈਂ ਦੱਸਦਾ, ਵੈਰ ਕੋਈ ਨਹੀਂ ਮੇਰੇ ਨਾਲ, ਹੈਗਾ ਤਾਂ ਮੇਰਾ ਜਿਗਰੀ ਯਾਰ ਹੈ, ਕਾਲਜ 'ਚ ਅਸੀਂ ਇਕੱਠੇ ਰਹਿੰਦੇ ਹਾਂ, ਪਰ ਹੈਪੀ ਨੂੰ ਪਿਆਰ ਕਰਦਾ ਸੀ ਉਹ, ਹੈਪੀ ਨੂੰ ਪਿਆਰ ਨਹੀਂ ਕਰਦੀ, ਹੈਪੀ ਨੂੰ ਤੰਗ ਕਰੀ ਜਾਂਦਾ ਸੀ, ਕੁਦਰਤੀ ਮੈਂ ਹੀ ਬਸ ਹੈਪੀ ਦੇ ਨਾਲ ਉਹਦੇ ਨਾਲ ਮਾੜਾ ਮੋਟਾ ਗੱਲਾਂ ਬਾਤਾਂ ਕਰੀਏ, ਵਧੀਆ ਫਰੈਂਡ ਬਣ ਕੇ ਹੈਪੀ ਮੈਨੂੰ ਪਸੰਦ ਕਰਨ ਲੱਗ ਗਈ, ਇਸੇ ਗੱਲ ਦੀ ਜੈਲਸੀ ਕਰਦਾ ਉਹ। ਅੱਜ ਵੀ ਉਹ ਪਤਾ ਨਹੀਂ ਕਾਹਦੇ ਵਾਸਤੇ, ਜਿੰਨੇ ਵਾਰੀ ਵੀ ਬਾਈ ਉਹ ਆਇਆ ਨਾ ਹੈਪੀ ਦਾ ਭਲਾ ਕਰਨ ਵਾਸਤੇ, ਉਹਦੀ ਜਾਨ ਬਚਾਉਣ ਵਾਸਤੇ, ਜਾਂ ਉਹਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੋਵੇ ਉਹ ਕਰਨ ਵਾਸਤੇ ਆਇਆ, ਐਵੇਂ ਤਾਂ ਨਹੀਂ ਲਾਡੀ ਕਰ ਸਕਦਾ। ਇਹ ਤਾਂ ਸਾਰੀਆਂ ਗੱਲਾਂ ਦਿਖਾਵਾ ਹੁੰਦੀਆਂ ਨੇ, ਮੇਰੀ ਗੱਲ ਮੰਨੋ, ਇਹ ਸਾਰਾ ਕੀਤਾ ਕਾਰਾ ਲਾਡੀ ਦਾ ਹੀ ਹੈਗਾ। ਲਾਡੀ ਨੂੰ ਪਰ ਕਿਟਨੈਪ ਵਾਲਾ ਹੱਲ ਵੀ ਤਾਂ ਦੇਖਣਾ ਪਊਗਾ ਨਾ, ਵੀ ਹੈਪੀ ਗਈ ਤਾਂ ਗਈ ਕਿੱਥੇ ਤਾਰੀ? ਬਾਈ ਲਾਡੀ ਬੰਦਾ ਹੈ ਵੀ ਇਹੋ ਜਿਹਾ ਹੈ ਵੀ ਨਹੀਂ, ਉਹਦਾ ਥੋੜ੍ਹਾ ਜਿਹਾ ਦਿਮਾਗ ਫਿਰਦਾ, ਇਹ ਨਹੀਂ ਪਤਾ ਉਹਦੇ ਦਿਮਾਗ 'ਤੇ ਕਿਹੋ ਜਿਹੀ ਗੱਲ ਕਿੱਧਰ ਨੂੰ ਚੜ ਜੇ, ਜੇ ਉਹਦੇ ਦਿਮਾਗ 'ਤੇ ਗੱਲ ਚੜ ਗਈ ਹੋਈ ਨਾ ਵੀ ਉਹਨੇ ਹੈਪੀ ਨੂੰ ਕਿਟਨੈਪ ਹੀ ਕਰਨਾ, ਹੋ ਸਕਦਾ ਉਹਦਾ ਕੰਮ ਹੋਵੇ। ਮੇਰੀ ਗੱਲ ਸੁਣੋ, ਜਿਹੜਾ ਬੰਦਾ ਘਰ ਆ ਕੇ ਸ਼ਰੇਆਮ ਧਮਕੀ ਦੇ ਸਕਦਾ ਉਹ ਕੁਛ ਵੀ ਕਰ ਸਕਦਾ, ਨਾਲੇ ਤੇਰੇ ਵੀਰੇ ਨਾਲ ਉਦਣ ਉਹਨੇ ਇੰਨੀ ਜਿੱਦ ਬਹਿਸ ਕੀਤੀ, ਉਹ ਤਾਂ ਹੈਪੀ ਦੇ ਪਿਆਰ 'ਚ ਮੈਨੂੰ ਲੱਗਦਾ ਪੂਰਾ ਪਾਗਲ ਹੋ ਰਿਹਾ। ਨਾ ਬਾਈ ਗੱਲ ਇੰਨੀ ਵੱਧ ਗਈ ਤੀ, ਨਾਲੇ ਤੁਸੀਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਵੀ ਹੋ ਰਿਹਾ ਸੀਗਾ? ਹੁਣ ਕੀ ਦੱਸਦੇ ਤਾਰੀ, ਕਾਲਜ 'ਚ ਤੇਰਾ ਬੈਰ ਪੈ ਜਾਂਦਾ, ਕੀ ਫਾਇਦਾ ਮਾੜੇ ਮੋਟੇ ਗੱਲਾਂ ਦਾ, ਲੜਾਈ ਵੱਧਦੀ ਵੱਧਦੀ ਵੱਧ ਜਾਂਦੀ ਹੈ। ਚਲੋ ਇਹ ਗੱਲਾਂ ਛੱਡੋ, ਆਪਾਂ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਉਹ ਸੋਚੋ, ਫਿਰ ਹੁਣ ਕਰੀਏ ਕੀ ਬਾਈ? ਕੋਈ ਹੱਲ ਤਾਂ ਕਰਨਾ ਪਊਗਾ, ਅਗਲਿਆਂ ਦੀ ਕੁੜੀ ਘਰੇ ਨਹੀਂ ਗਈ ਹੈਗੀ, ਆਪਣੀਆਂ ਤਾਂ ਇੱਥੇ ਬੈਠੀ ਨੇ, ਗੱਲਾਂ ਹੀ ਨੇ, ਸੋਚ ਫਿਕਰਾਂ ਨੇ, ਉਹਨਾਂ ਦੇ ਕੀ ਪਤਾ ਕੀ ਕੀ ਬੀਤਣ ਲੱਗ ਰਹੀ ਹੋਊਗੀ। ਬਾਈ ਬੀਤ ਤਾਂ ਮੈਨੂੰ ਪਤਾ ਹੀ ਆ, ਆਪਣੇ ਜਿਹੜੀ ਬੀਤਦੀ ਹੈਗੀ, ਹੈਪੀ ਕਿੱਥੇ ਹੋਊਗੀ, ਕਿਸ ਹਾਲ 'ਚ ਹੋਊਗੀ, ਕਿਸੇ ਨੇ ਸੋਚਿਆ? ਹੈਪੀ ਦਾ ਪਿਓ ਬਾਹਲਾ ਕਮਜ਼ੋਰ ਹੈ, ਉਹ ਵਿਚਾਰਾ ਬਾਹਲੀ ਫਿਕਰ ਕਰਦਾ ਉਹ, ਆਪਾਂ ਐਂ ਕਰਦੇ ਹਾਂ ਬਾਈ, ਜੇ ਆਪਾਂ ਨੂੰ ਲਾਡੀ 'ਤੇ ਸ਼ੱਕ ਹੈ ਤਾਂ ਆਪਾਂ ਸਿੱਧਾ ਲਾਡੀ ਦੇ ਘਰ ਚੱਲਦੇ ਹਾਂ। ਹਾਂ ਚੱਲ ਐਂ ਕਰਦੇ ਹਾਂ ਆਪਾਂ, ਉਹਦੇ ਭਾਈ ਨੂੰ ਫੋਨ ਕਰਦਾ ਮੈਂ। ਹਾਂ ਤੂੰ ਉਹਨੂੰ ਫੋਨ ਲਾ, ਉਹਨੂੰ ਨਾਲ ਲੈ ਚੱਲ, ਨਾਲ ਲੈ ਕੇ ਚੱਲਦੇ ਹਾਂ, ਐਂ ਆਪਾਂ ਸਹੀ ਜੇ ਨਹੀਂ ਲੱਗਦੇ ਇਕੱਲੇ ਜਾਂਦੇ, ਜਦੋਂ ਉਹ ਨਾਲ ਹੋਊ ਤਾਂ ਗੱਲ ਹੋਰ ਹੋਊਗੀ। ਬਾਈ ਸਿੱਧਾ ਲਾਡੀ 'ਤੇ ਸ਼ੱਕ ਕਰਨਾ ਸਹੀ ਹੋਊ ਆਪਣੇ ਵਾਸਤੇ? ਜੇ ਸ਼ੱਕ ਕਰਨਾ ਸਹੀ ਨਹੀਂ ਤਾਂ ਤਾਰੀ ਆਪਣੇ ਕੋਲ ਦੂਜਾ ਰਾਹ ਵੀ ਨਹੀਂ, ਨਾਲੇ ਇੱਕ ਗੱਲ ਹੋਰ ਆ, ਆਪਾਂ ਤਾਂ ਜਾਂਚ ਪੜਤਾਲ ਹੀ ਕਰਨੀ ਹੈ, ਆਪਾਂ ਕਿਹੜਾ ਲੜਨ ਚੱਲੇ, ਕੀ ਪਤਾ ਉਹ ਸਹੀ ਹੈ ਜਾਂ ਗਲਤ, ਪਰ ਆਪਾਂ ਨੂੰ ਤਾਂ ਪਤਾ ਲੱਗ ਜੂ ਨਾ। ਚੱਲੇ ਕਰ, ਚੱਲ ਗੱਡੀ ਚੱਕ, ਆਉਂਦੇ ਵੇਲੇ ਭਾਈ ਨੂੰ ਫੋਨ ਕਰਦਾ, ਆਪਾਂ ਨੂੰ ਰਸਤੇ 'ਚ ਮਿਲੀ। ਚੰਗਾ ਭਾਬੀ ਫਿਰ ਅਸੀਂ ਜਾ ਆਈਏ, ਜੇ ਹੁਣ ਐਵੇਂ ਘਰ ਬੈਠੇ ਰਹੇ ਨਾ ਤਾਂ ਗੱਲ ਐਵੇਂ ਦਬੀ ਰਹੂ, ਐਂ ਤਾਂ ਕੀ ਹੋਊ ਵਿਚਾਰੀ ਨਾਲ। ਜਿਹੜੀ ਵੀ ਗੱਲ ਕਰਨੀ ਹੈਗੀ ਪਿਆਰ ਨਾਲ ਬਿਠਾ ਕੇ ਕਰਿਓ, ਗੁੱਸੇ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਨਹੀਂ ਨਹੀਂ ਭਾਬੀ ਮੈਂ ਨਹੀਂ ਲੜਦਾ ਉਹਦੇ ਨਾਲ, ਅਸੀਂ ਲੜਕੇ ਕੀ ਲੈਣਾ।
ਤੁਹਾਡਾ ਸੁਭਾਅ ਤਾਂ ਮੈਨੂੰ ਪਤਾ ਹੀ ਹੈ, ਤੁਸੀਂ ਰਹਿਣ ਹੀ ਦਿਓ। ਲਾਡੀ ਲਾਡੀ ਲਾਡੀ, ਸੱਚ ਸੱਚ ਦੱਸ ਦੇ ਮੇਰੀ ਭੈਣ ਕਿੱਥੇ ਹੈ, ਨਹੀਂ ਤੇਰੇ ਵਾਸਤੇ ਬਹੁਤ ਬੁਰਾ ਹੋਊ। ਤੂੰ ਮੂੰਹ ਸੰਭਾਲ ਕੇ ਬੋਲ, ਤੈਨੂੰ ਕਿੰਨੀ ਵਾਰੀ ਤਾਂ ਗਿਆ, ਮੈਨੂੰ ਉਹਦੇ ਬਾਰੇ ਕੁਛ ਨਹੀਂ ਪਤਾ। ਚੱਲ ਤੂੰ ਆਪ ਸੋਚ, ਮੈਂ ਉਹਨੂੰ ਸੜ ਕੇ ਮਿਟਾਊਂਗਾ। ਪਰ ਲਾਡੀ, ਤੂੰ ਤਾਂ ਹੈਪੀ ਨੂੰ ਪਿਆਰ ਕਰਦਾ ਸੀ, ਨਾਲੇ ਇੱਕ ਗੱਲ ਹੋਰ, ਤੂੰ ਮੇਰੇ ਘਰੇ ਜਾ ਕੇ ਭਾਬੀ ਨੂੰ ਵੀ ਧਮਕੀ ਦੇ ਕੇ ਆਇਆ। ਹੋਵੇ ਨਾ ਤਾਂ ਹੋਵੇ, ਇਹ ਕੰਮ ਤੇਰਾ, ਸੱਚ ਦੱਸ ਦੇ ਲਾਡੀ, ਨਹੀਂ ਤੇਰੇ ਵਾਸਤੇ ਬਹੁਤ ਬੁਰਾ ਹੋਊ। ਚੱਲ ਬੱਲੇ ਕੋਈ ਨਾ, ਦੱਸ ਲਾਡੀ ਕੀ ਗੱਲ ਹੈ। ਉਹ ਬਾਈ, ਮੇਰਾ ਯਕੀਨ ਕਰੋ, ਮੈਨੂੰ ਕੁਛ ਨਹੀਂ ਪਤਾ ਉਹਦੇ ਬਾਰੇ। ਤੂੰ ਆਪ ਸੋਚ ਯਾਰ, ਜਦੋਂ ਮੈਂ ਉਹਦੇ ਨਾਲ ਪਿਆਰ ਕਰਦਾ ਸੀ ਤਾਂ ਮੈਂ ਉਹਦੇ ਨਾਲ ਆਹ ਕੁਛ ਕਰੂੰਗਾ। ਆਪਾਂ ਐਂ ਕਰਦੇ ਹਾਂ ਬਾਈ, ਪੁਲਿਸ ਰਿਪੋਰਟਰ ਸੁਣ ਲਿਆ। ਦੇਖ ਲਾਡੀ, ਐਕਚੁਅਲੀ ਫਿਲਮ ਦਾ ਸੀਨ ਨਹੀਂ ਚੱਲ ਰਿਹਾ, ਜ਼ਿੰਦਗੀ ਦਾ ਸਵਾਲ ਹੈ। ਇਹ ਨਾ ਹੋਵੇ ਕਿ ਇੱਕ ਜ਼ਿੰਦਗੀ ਦਾ ਖਤਰੇ 'ਚ ਹੈ ਕਿ ਤੇਰੀ ਵੀ ਪੈ ਜੇ। ਲਾਡੀ ਤੂੰ ਸ਼ਰੇਆਮ ਝੂਠ ਬੋਲ ਰਿਹਾ, ਮੈਨੂੰ ਇਹਦੇ 'ਤੇ ਜਮ੍ਹਾਂ ਯਕੀਨ ਨਹੀਂ ਹੈਗਾ ਬਾਈ। ਹੋਵੇ ਨਾ ਤਾਂ ਹੋਵੇ, ਇਹ ਕੰਮ ਇਹਦਾ ਹੋਊਗਾ। ਲਾਡੀ ਸੱਚ ਸੱਚ ਦੱਸ ਦੇ, ਨਹੀਂ ਮੈਂ ਤੈਨੂੰ ਜਾਨੋਂ ਮਾਰ ਦੂੰ। ਉਹ ਬਾਈ, ਯਕੀਨ ਕਰਨ ਦੀ ਕੋਸ਼ਿਸ਼ ਕਰ ਦੂੰ। ਲਾਡੀ ਕਿਤੇ ਨਾ ਕਿਤੇ ਤੂੰ ਮੇਰਾ ਯਾਰ ਹੈ, ਦੇਖ ਮੈਨੂੰ ਤੂੰ ਇੱਕ ਵਾਰ ਦੱਸ ਦੇ ਕੀ ਗੱਲ ਹੈ ਕੀ ਨਹੀਂ। ਜੇ ਗੱਲ ਸੱਚ ਹੈ ਤਾਂ ਇਹ ਕੁਛ ਕਰਿਆ ਤਾਂ ਤੈਨੂੰ ਛੱਡ ਦਾਂਗਾ। ਉਹ ਬਾਈ, ਮੈਂ ਸੱਚ ਕਹਿ ਰਿਹਾ, ਤੇਰੀ ਯਾਰੀ ਦੀ ਸੌਂ, ਜੇ ਫਿਰ ਵੀ ਤੁਹਾਨੂੰ ਯਕੀਨ ਨਹੀਂ, ਤੁਹਾਨੂੰ ਆਖਿਆ ਹੈਗਾ ਆਪਾਂ ਪੁਲਿਸ ਰਿਪੋਰਟ ਕਰਾਉਂਦੇ ਹਾਂ, ਆਪ ਹੀ ਲੱਭਣਗੇ, ਫਿਰ ਤੁਹਾਨੂੰ ਯਕੀਨ ਆਜੂਗਾ। ਹਾਂ ਹਾਂ, ਤੈਨੂੰ ਤਾਂ ਬੋਲਦਾ, ਕੌਣ ਝੂਠ ਬੋਲਦਾ, ਤੈਨੂੰ ਤਾਂ ਇਹ ਵੀ ਛੇਤੀ ਪੁਲਿਸ 'ਚ ਰਿਪੋਰਟ ਕਰਾਉਣ, ਇਹ ਜਾ ਕੇ ਰਿਪੋਰਟ ਕਰਾਉਣ, ਇਹਨਾਂ ਦੀ ਇੱਜ਼ਤ ਉਛਲੇ। ਕੋਈ ਗੱਲ ਨਹੀਂ, ਰਿਪੋਰਟ ਵੀ ਹੋ ਜੂਗੀ, ਪੁਲਿਸ 'ਚ ਰਿਪੋਰਟ ਵੀ ਹੋ ਜੂਗੀ, ਪਤਾ ਵੀ ਲੱਗ ਜੂ। ਜੇ ਗੱਲ ਤੇਰੇ 'ਤੇ ਆ ਗਈ ਨਾ, ਤੂੰ ਆਪਦਾ ਹਿਸਾਬ ਲਾ ਲਈ। ਜੇ ਬਈ ਇਹ ਗੱਲ ਮੈਂ ਨਾ ਕੀਤੀ, ਫਿਰ ਫਿਰ ਕਿਹਦਾ ਹਿਸਾਬ ਲਾਉਂਗੀ ਬਈ? ਮੈਨੂੰ ਨਹੀਂ ਲੱਗਦਾ ਇਹ ਮੰਨੂਗਾ। ਕੋਈ ਗੱਲ ਨਹੀਂ, ਜੇ ਤਾਂ ਕੀਤਾ ਹੋਇਆ ਤਾਂ ਤੇਰਾ ਵੀ ਮੂਹਰੇ ਆਜੂਗਾ ਬਈ। ਆਪਾਂ ਐਂ ਕਰਦੇ ਹਾਂ, ਕਿਤੇ ਹੋਰ ਜਾ ਕੇ ਲੱਭਦੇ ਹਾਂ ਬਾਈ, ਆਪਾਂ ਸਾਰੀ ਰਲ ਕੇ ਲੱਭਦੇ ਹਾਂ। ਚਲੋ ਚੱਜ ਲੱਭਦੇ ਹਾਂ ਬਈ, ਆਹ ਬੰਨੇ ਤੇਰੇ ਮੂਹਰੇ ਹੱਥ ਅਸੀਂ ਲੱਭ ਲਾਂਗੇ। ਕੋਈ ਗੱਲ, ਚਲੋ ਬਾਈ। ਤੁਹਾਨੂੰ ਕਿਵੇਂ ਦੱਸਾਂ ਯਾਰ ਵੀ ਇਹ ਕੰਮ ਮੈਂ ਨਹੀਂ ਕੀਤਾ, ਤੁਸੀਂ ਆਪ ਸੋਚੋ। ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਸੀ, ਫਿਰ ਉਹਦੇ ਨਾਲ ਇਹ ਕੰਮ ਕਿਵੇਂ ਕਰ ਸਕਦਾ ਮੇਰਾ? ਰੱਬ ਮੂਹਰੇ ਕੇ ਅਰਦਾਸ ਕਰਦਾ ਵੀ ਛੇਤੀ ਲੱਭ ਜੇ, ਨਾਲੇ ਤੁਸੀਂ ਜਿਹੜਾ ਮੇਰੇ 'ਤੇ ਸ਼ੱਕ ਕਰ ਦਿਓ, ਇਹ ਤੁਹਾਡੀ ਸ਼ੱਕ ਦੂਰ ਹੋ ਜਾਵੇ। ਨਾ ਬਾਈ, ਹਜੇ ਤਾਂ ਕੋਈ ਪਤਾ ਨਹੀਂ ਲੱਗਿਆ ਯਾਰ। ਹਾਂ ਕੋਈ ਗੱਲ ਨਹੀਂ, ਦੱਸ ਦੂੰਗਾ ਬਾਈ ਜਦੋਂ ਕੋਈ ਮਾੜਾ ਮੋਟਾ ਲੱਗਿਆ ਪਤਾ ਨਹੀਂ ਲੱਗਿਆ। ਕਰੀ ਜਾਂਦੇ ਬਾਈ ਗੌਰ ਤਾਂ। ਹਾਂ ਠੀਕ ਹੈ ਬਾਈ, ਠੀਕ। ਬੱਲਿਆ, ਮੈਂ ਤਾਂ ਤੈਨੂੰ ਪੁੱਤ ਐਂ ਕਹਿਣਾ ਵੀ ਦੇਖ ਕਿੰਨਾ ਟਾਈਮ ਹੋ ਗਿਆ, ਹਜੇ ਤੀਕਰ ਕੋਈ ਉੱਗ ਸੁੱਗ ਨਹੀਂ ਮਿਲੀ ਪੁੱਤ। ਆਪਾਂ ਨੂੰ ਕੋਈ ਵੱਡਾ ਕਦਮ ਚੱਕਣਾ ਚਾਹੀਦਾ ਹੈਗਾ, ਫਿਰ ਕੁਛ ਪਤਾ ਲੱਗੂਗਾ। ਐਂ ਜੇ ਆਪਾਂ ਐਂ ਬੈਠੇ ਰਹੇ ਤਾਂ ਕੋਈ ਗੱਲ ਹੱਥ ਨਹੀਂ ਆਉਣੀ ਆਪਣੇ। ਤੂੰ ਫਿਕਰ ਨਾ ਕਰ ਬਾਪੂ, ਮੈਂ ਮੇਰੀ ਭੈਣ ਨੂੰ ਲੱਭ ਕੇ ਲਿਆਊਂਗਾ, ਚਾਹੇ ਮੈਨੂੰ ਕਿਸੇ ਵੀ ਹਾਲਾਤਾਂ ਵਿੱਚ ਜਿਉਂਦਣਾ ਪਵੇ। ਮੈਂ ਮੇਰੀ ਭੈਣ ਨੂੰ ਲੱਭੇ ਬਿਨਾਂ ਸੁੱਖ ਦਾ ਸਾਹ ਨਹੀਂ ਲੈਂਦਾ। ਉਹ ਪੁੱਤ ਲੱਭਣੀ ਤਾਂ ਪਊਗੀ, ਆਪਾਂ ਹੀ ਲੱਭਾਂਗੇ ਹੁਣ, ਹੋਰ ਕੀ ਕਰ ਰਹਾ ਹੈ। ਕੋਈ ਗੱਲ ਨਹੀਂ ਬਾਪੂ, ਮੈਨੂੰ ਇੰਨਾ ਕਹਿ ਵੀ ਬਸ, ਕਿਸੇ ਪਾਸੇ ਮਾੜੀ ਮੋਟੀ ਕੀ ਸੁੱਖ ਮਿਲ ਜੇ, ਫਿਰ ਆ ਜਾਂਦਾ ਬੰਦਾ ਕੁਛ। ਦੇਖ ਪੁੱਤ ਜਾ ਕੇ ਗੇਟ 'ਤੇ ਕੌਣ ਹੈਗਾ, ਹੋਰ ਖਾਣ ਵੀ ਨਹੀਂ ਆਇਆ ਮੈਨੂੰ ਤਾਂ ਕਿਸੇ ਦਾ। ਆ ਗਏ ਬਾਈ, ਆ ਗਏ, ਆ ਗਏ ਬਾਈ, ਆ ਗਏ। ਓਹ ਕਿਹੜਾ ਹੋਇਆ? ਹੈਪੀ ਤੂੰ ਹੈਪੀ ਠੀਕ ਹੈ? ਤੂੰ ਪੂਰੇ ਕਰਦੀ ਕੀ ਕਰਦੀ ਹੈ ਤੂੰ? ਚੱਲ ਚੱਲ ਅੰਦਰ ਚੱਲ, ਕਿੱਧਰ ਫਿਰਦੀ ਆ ਕਮਲੀਏ? ਆ ਜਾ ਆ ਜਾ। ਹੈਪੀ ਪੁੱਤ ਤੂੰ ਚੱਲ, ਪੁੱਤ ਉੱਧਰ ਬੈਠ, ਰੋਣਾ 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 ਹੈਪੀ, ਰੋਣਾ ਬਹਿ ਜਾ।
ਬੈਠ ਇੱਥੇ। ਮੈਂ ਪਾਣੀ ਦੇ ਕੇ ਆਉਣਾ। ਜਦ ਲੈ ਲਿਆ ਪਾਣੀ। ਉਹ ਤਾਂ ਠੀਕ ਤਾਂ ਹੈ, ਤੂੰ ਰੋਨੀ ਕਿਉਂ ਹੈ? ਗੱਲ ਦੱਸ ਪੁੱਤ, ਗੱਲ ਕੀ ਹੈ? ਕਿਡਨੈਪ ਹੋ ਗਿਆ ਸੀ। ਲੈ ਹੈਪੀ, ਕਿਹਨੇ ਕੀਤਾ? ਕਿਹਨੇ ਕੀਤਾ ਕਿਡਨੈਪ ਤੇਰਾ ਹੈਪੀ? ਤੂੰ ਮੈਨੂੰ ਨਾ ਦੱਸ, ਤੂੰ ਦੇਖਿਆ ਬੰਦਾ? ਨਹੀਂ ਵੀਰੇ, ਕੋਈ ਪਤਾ ਨਹੀਂ। ਉਹਨੇ ਨਾ ਮੇਰੇ ਅੱਖਾਂ ਦੇ ਪੱਟੀ ਬੰਨਤੀ ਸੀ। ਅੱਖਾਂ ਦੇ ਪੱਟੀ ਬੰਨਤੀ? ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਕਿ ਮੈਨੂੰ ਕੌਣ ਇੱਥੇ ਛੱਡ ਗਿਆ। ਚੱਲ ਚੱਲ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੂੰ ਪਾਣੀ ਪੀ, ਫਿਕਰ ਨਾ ਕਰ, ਕੋਈ ਗੱਲ ਨਹੀਂ, ਪਾਣੀ ਪੀ। ਤੂੰ ਘਬਰਾ ਨਾ, ਘਬਰਾਈ ਹੋਈ ਆ ਬਿੱਲਿਆ ਇਹ। ਕੋਈ ਗੱਲ ਨਹੀਂ ਬਾਪੂ, ਆਪਾਂ ਨੂੰ ਆਪਣੀ ਕੁੜੀ ਮਿਲ ਗਈ, ਹੋਰ ਕੀ ਚਾਹੀਦਾ ਹੈ। ਕਮਲੀਏ, ਸਾਨੂੰ ਤਾਂ ਸੋਚ ਲੱਗ ਰਹੀ ਸੀ ਵੀ ਤੂੰ ਗਈ ਤਾਂ ਗਈ ਕਿੱਥੇ, ਅਸੀਂ ਤਾਂ ਤੈਨੂੰ ਲੱਭ ਲੱਭ ਕੇ ਪਾਗਲ ਹੋ ਰਹੇ ਸੀ। ਕਦੇ ਕਾਲਜ 'ਚ ਗੇੜਾ ਮਾਰਦਾ, ਕਦੇ ਤੇਰੀਆਂ ਸਹੇਲੀਆਂ ਕੋਲੋਂ ਪੁੱਛਦਾ, ਕਦੇ ਕੁਛ ਪੁੱਛਦੇ ਆ। ਟੈਨਸ਼ਨ ਨਾਲ ਨਾ ਮੇਰਾ ਸਿਰ ਪਾਟਣ ਦਿਆ ਪਿਆ ਵੀ ਮੇਰੀ ਧੀ ਕਿੱਥੇ ਹੈ। ਵਿਚਾਰਾ ਬਾਪੂ ਰੋਜ਼ ਰੋ ਰੋ ਕੇ ਪੈਂਦਾ, ਤਿੰਨਾ ਨੀਂਦ ਵੀ ਨਹੀਂ ਆਈ ਹੈਗੀ। ਕੋਈ ਗੱਲ ਨਹੀਂ, ਤੂੰ ਐਂ ਕਰ, ਤੂੰ ਆਰਾਮ ਕਰ। ਮੈਂ ਤਾਰੀ ਹੋਰਾਂ ਨੂੰ ਫੋਨ ਕਰਕੇ ਦੱਸਦਾ, ਉਹ ਵੀ ਬਹੁਤ ਟੈਨਸ਼ਨ 'ਚ ਨੇ ਵੀ ਪਤਾ ਨਹੀਂ ਮਿਲੀ ਆ ਪਤਾ ਨਹੀਂ ਨਾ। ਮੈਂ ਉਹਨਾਂ ਨੂੰ ਦੱਸਦਾ ਵੀ ਤੂੰ ਮਿਲ ਗਈ। ਉਹਨੂੰ ਦੱਸ ਪੁੱਤੋ, ਵਾਰ ਵਾਰ ਫੋਨ ਕਰੀ ਜਾਂਦੇ ਸੀ ਉਹ। ਹੋਰ ਵਿਚਾਰਾ ਰੋਜ਼ ਆ ਕੇ ਜਾਂਦਾ ਉਹ। ਦੇਖ ਪੁੱਤਾਂ, ਸੋਚ ਹੋ ਰਹੀ ਸੀ ਤੇਰੇ ਕਰਕੇ ਸਾਰਿਆਂ ਨੂੰ, ਸਾਨੂੰ ਕਿੰਨੀ ਟੈਨਸ਼ਨ ਹੋਈ ਪਈ ਸੀ ਵੀ ਕੀ ਗੱਲ ਹੋਈ ਇਹੋ ਜੀ, ਨਾ ਕੋਈ ਉੱਗ ਨਾ ਸੁੱਗ। ਹੈਲੋ ਹੈਲੋ ਭਾਬੀ, ਸਤਿ ਸ਼੍ਰੀ ਅਕਾਲ। ਭਾਬੀ ਮੈਂ ਬਿੱਲਾ ਬੋਲਦਾ ਸੀ, ਉਹ ਮੈਂ ਕਹਿੰਦਾ ਸੀ ਹੈਪੀ ਘਰ ਆ ਗਈ। ਹਾਂ ਪਤਾ ਨਹੀਂ ਕੌਣ ਛੱਡ ਕੇ ਗਿਆ, ਪਤਾ ਨਹੀਂ ਕੌਣ ਨਾ ਗੇਟ 'ਚ ਖੜੀ ਸੀਗੀ, ਹੁਣੀ ਆਈ ਹੈ। ਮੈਂ ਆਖਿਆ ਮੈਂ ਤਾਰੀ ਹੋਰਾਂ ਨੂੰ ਦੱਸਦਾ ਫੋਨ ਕਰਕੇ, ਸੋਚ ਕਰੀ ਜਾਂਦੇ ਹੁਣੇ। ਹਾਂ ਤੁਸੀਂ ਐਂ ਕਰੋ ਭਾਬੀ, ਤੁਸੀਂ ਤਾਰੀ ਨੂੰ ਇੱਥੇ ਭੇਜ ਦਿਓ ਘਰੇ, ਨਾਲ ਤਾਂ ਮਿਲ ਜੂਗਾ ਉਹ, ਨਾਲੇ ਮਨ ਹੋਰ ਹੋ ਜਾਂਦਾ, ਬੌਂਦਲੀ ਪਈ ਜਾਂਦਾ ਵਿਚਾਰੀ। ਠੀਕ ਹੈ ਭਾਬੀ। ਉਹ ਭਾਬੀ ਕਹਿੰਦੀ ਕਹਿੰਦੀ ਮੈਂ ਭੇਜਦਾ ਨਹੀਂ ਤਾਰੀ ਨੂੰ। ਅੱਛਾ, ਉਹ ਆ ਜਾਂਦਾ, ਇਹਨੇ ਮਿਲ ਜੂਗਾ। ਕੋਈ ਗੱਲ ਨਹੀਂ ਹੈਪੀ, ਤੂੰ ਫਿਕਰ ਨਾ ਕਰ, ਕੋਈ ਗੱਲ ਨਹੀਂ, ਆਪਾਂ ਕੋਈ ਨਾ ਕੋਈ ਹੱਲ ਕਰਾਂਗੇ। ਤੂੰ ਐਂ ਕਰ, ਚੱਲ ਆ ਜਾ ਕਮਰੇ 'ਚ, ਆ ਜਾ ਰੈਸਟ। ਚੱਲ ਪੁੱਤ, ਖੜਾ ਹੋ, ਚੱਲ ਪੱਖੇ ਥੱਲੇ ਬਹਿ ਜਾ, ਨਾਲੇ ਚੱਪਲਾਂ ਚੁੱਪਲਾਂ ਪਾ ਆ ਜਾ। ਹੋਰ ਨੰਗੇ ਪੈਰ ਨੇ, ਕਵਰੀ ਨਾ ਹੋਵੇ, ਉਹੀ ਸੋਰੀ ਕਮੇੜੇ ਲੋਟ ਬਣੀ ਫਿਰਦੀ ਹੈ। ਸ਼ੁਕਰ ਆ ਬਾਈ, ਹੈਪੀ ਘਰ ਆ ਗਈ, ਨਹੀਂ ਇੰਨੀ ਚਿੰਤਾ ਲੱਗੀ ਪਈ ਸੀ ਨਾ, ਪਤਾ ਨਹੀਂ ਕੀ ਹੋਊਗਾ। ਇਹ ਤਾਂ ਪਰਮਾਤਮਾ ਦਾ ਸ਼ੁਕਰ ਹੀ ਘਰੇ ਤਾਂ ਆ, ਪਰ ਸਾਰਾ ਦੁੱਖ ਹੀ ਸੁਲਾਉਂਦਾ, ਹਜੇ ਤੱਕ ਕਿਡਨੈਪਰ ਦਾ ਨਹੀਂ ਪਤਾ ਲੱਗਾ। ਜੇ ਕੰਮ ਕਰਿਆ ਤਾਂ ਕਰਿਆ ਕੀ ਨਹੀਂ, ਪਰ ਬਈ ਸੋਚਣ ਵਾਲੀ ਗੱਲ ਤਾਂ ਇਹ ਆ ਵੀ ਕਿਡਨੈਪਰ ਨੇ ਹੈਪੀ ਕਿਡਨੈਪ ਵੀ ਕਰ ਲਈ, ਪਰ ਨਾ ਤਾਂ ਕੋਈ ਪੈਸੇ ਦੀ ਡਿਮਾਂਡ ਕਰੀ ਅਤੇ ਨਾ ਉਹਨੂੰ ਨੁਕਸਾਨ ਪਹੁੰਚਾਇਆ ਕੋਈ, ਛੱਡ ਵੀ ਬੜੀ ਆਸਾਨੀ ਨਾਲ ਦਿੱਤੀ। ਕਦੇ ਨਾ ਕਦੇ ਦਿਮਾਗ 'ਚ ਗੱਲ ਤਾਂ ਮੇਰੇ ਵੀ ਰੱਖਦੀ ਹੈ, ਜੇ ਕੋਈ ਬੰਦਾ ਕਿਸੇ ਨੂੰ ਕਿਡਨੈਪ ਕਰਦਾ ਤਾਂ ਕਿਸੇ ਗੱਲ ਦੇ ਲਾਲਚ ਨੂੰ, ਚਾਹੇ ਪੈਸੇ ਦਾ ਹੋਵੇ, ਚਾਹੇ ਕਿਸੇ ਪੁਰਾਣੇ ਦੁਸ਼ਮਣੀ ਦਾ ਜਾਂ ਵੈਰ ਵਿਰੋਧ ਦਾ, ਪਰ ਤਾਂ ਕੁਛ ਨਹੀਂ ਕੱਢਿਆ ਜੀ ਇਹ ਕੰਮ। ਹਾਂ ਬਾਈ, ਜਿਹੜਾ ਕੁਛ ਤੂੰ ਸੋਚ ਰਿਹਾ ਨਾ ਉਹੀ ਮੈਂ ਸੋਚ ਰਿਹਾ, ਇਹ ਕੰਮ ਲਾਡੀ ਦਾ ਲੱਗਦਾ ਮੈਨੂੰ, ਉਹਨੇ ਕਰਿਆ ਕਰਨਾ ਆਪ। ਪਰ ਤੂੰ ਇੰਨੇ ਹੌਸਲੇ ਦਾ ਕਿਵੇਂ ਕਹਿ ਸਕਦਾ ਵੀ ਲਾਡੀ ਨਹੀਂ ਕਰਿਆ? ਦੇਖ ਬਾਈ, ਤੇਰੀ ਤਾਂ ਹੈਪੀ ਦਾ ਵਿਆਹ ਤਾਂ ਕੰਮ ਚੱਲਦਾ ਸੀ ਨਾ, ਗੱਲ ਹੋ ਗਈ ਸੀਗੀ, ਤੇਰੇ ਘਰ ਦੀ ਵੀ ਮੰਨ ਗਈ ਸੀ ਅਤੇ ਹੈਪੀ ਦੇ ਵੀ, ਅਤੇ ਇਸ ਚੀਜ਼ ਦੀ ਜਲਣ ਹੋਈ ਸੀਗੀ ਲਾਡੀ ਨੂੰ, ਅਤੇ ਲਾਡੀ ਤੁਹਾਡੇ ਫਿਰ ਰਾਹ ਦਾ ਰੋੜਾ ਤਾਂ ਬਣੂਗੀ ਭਾਈ। ਜਲਣ ਤਾਂ ਉਹਨੂੰ ਅੱਜ ਦੇ, ਜਲਣ ਤਾਂ ਉਹਨੂੰ ਉਸ ਦਿਨ ਦੀ ਹੋਈ, ਉਸ ਦਿਨ ਹੈਪੀ ਨੇ ਉਹਨੂੰ ਵਰਤੋਂ ਲਿਆ, ਉਸੇ ਦਿਨ ਤੋਂ ਹੀ ਮੈਂ ਉਹਦਾ ਮੂੰਹ ਦੇਖ ਲਿਆ ਤੁਸੀਂ, ਪਰ ਕਿਆ ਦਿੰਦਾ ਸੀ ਸਾਰਾ ਅੰਦਰ ਅੰਦਰ ਹੀ ਖਾ ਜਾਂਦਾ, ਮੂੰਹ ਤਾਂ ਕੋਈ ਨਹੀਂ ਬੋਲਦਾ। ਉਹ ਬਾਈ ਇੱਕ ਤਾਂ ਗੱਲ ਹੈ ਨਾ,
ਜਿਹੜੇ ਬੁੱਕਲ ਦੇ ਸੱਪ ਹੁੰਦੇ ਨੇ, ਇਹ ਮੂੰਹ 'ਤੇ ਨਹੀਂ ਕੁਛ ਕਹਿੰਦੇ ਹੁੰਦੇ, ਤਾਂ ਜਦੋਂ ਪਿੱਠ ਘੁਮਾਈ ਨਾ ਉਹਦੇ ਡੰਗ ਮਾਰਦੇ ਨੇ। ਕੰਮ ਤਾਂ ਸਾਰਾ ਇਹ ਲਾਡੀ ਦੀ ਹੈ, ਹੁਣ ਤਾਂ ਪਹਿਲੀ ਸ਼ੱਕ ਸੀ ਉਹ ਤਾਂ ਬੰਦੇ 'ਤੇ। ਤੁਹਾਨੂੰ ਅੱਗੇ ਵੀ ਤੰਗ ਕਰੂ ਬਾਈ, ਪਹਿਲਾਂ ਤਾਂ ਤੁਸੀਂ ਦੇਖੋ ਬਾਈ ਇਹਦਾ ਕੀ ਹੋ ਸਕਦਾ। ਚੱਲ ਕੋਈ ਨਹੀਂ, ਸੋਚਦੇ ਕੀ ਕਰਨਾ ਇਹਦੇ ਨਾਲ, ਕੀ ਇਹਨੇ ਤਾਂ ਇਹੋ ਜਿਹਾ ਟਿਕਾਣਾ ਸੈੱਟ ਕਰੂ ਨਾ। ਯਾਦ ਰੱਖੂ ਬਸ ਹੈਪੀ ਨਹੀਂ ਪੁੱਛਦਾ ਮੈਂ ਵੀ ਉਹਦੇ ਕੁਛ ਜ਼ਿਆਦਾ ਹੈਗਾ ਮਾੜਾ ਮੋਟਾ। ਜੇ ਕਿਤੇ ਮੈਨੂੰ ਮੜੀ ਜਿਹੀ ਵੀ ਬਿਰਲ ਮਿਲ ਗਈ ਨਾ ਵੀ ਇਹ ਸਾਰਾ ਕਿਰਾਇਆ ਕਰਾਇਆ ਲਾਡੀ ਦਾ, ਉਹਦਾ ਮੇਰੇ ਸਾਲ ਨੂੰ ਮੈਂ ਆਪਦੇ ਹੱਥੀਂ ਮਾਰੂੰਗਾ। ਮਾਰ ਕੇ ਖੜਾ ਛੋਟੂ ਬਾਈ, ਚਾਹੇ ਤੁਹਾਡੇ 'ਚੋਂ ਇੱਕ ਮਰ ਜੇ ਚਾਹੇ ਲਾਡੀ ਨੂੰ ਮਾਰਨਾ ਪੈ ਜੇ, ਮਰ ਕੇ ਨਿਕਲ ਜਾਓ ਰੌਲਾ ਤਾਂ। ਲੱਛਮੀ ਉਹਦੇ ਮਰਨ ਵਾਲੇ, ਜਦੋਂ ਉਹਨੂੰ ਪਤਾ ਹੈ ਜਿਹਨੂੰ ਮੈਂ ਪਿਆਰ ਕਰਦਾ ਉਹ ਨਹੀਂ ਮਿਲੇ, ਚਲ ਉਹ ਮੈਨੂੰ ਪਿਆਰ ਕਰਨ ਲੱਗ ਗਈ, ਇਹ 'ਚ ਹੱਦ ਕੀ। ਧੱਕੇ ਨਾਲ ਤਾਂ ਪਿਆਰ ਪਾਏ ਨਹੀਂ ਜਾਂਦੇ, ਤੈਨੂੰ ਵੀ ਪਤਾ ਸਮਝੇ। ਕਿਵੇਂ ਹੈਪੀ? ਮੈਂ ਤਾਂ ਵਧੀਆ, ਮੈਨੂੰ ਦੱਸ ਇੰਨੀ ਕਾਲੀ 'ਚ ਕਿਉਂ ਬੁਲਾਇਆ? ਸੁੱਖ ਤਾਂ ਹੈਗੀ ਹੈ ਨਾ ਯਾਰ, ਸੁੱਖ ਹੈਗੀ ਵੀ ਆ ਹੈ ਵੀ ਨਹੀਂ। ਮੇਰੀ ਗੱਲ ਸੁਣ, ਕਿਡਨੈਪਰ ਦਾ ਪਤਾ ਲੱਗ ਗਿਆ। ਪਤਾ ਲੱਗ ਗਿਆ? ਕੌਣ ਹੈ ਕਿਡਨੈਪਰ? ਕਿਹਨੇ ਹੋਣਾ ਯਾਰ, ਇੱਕ ਹੀ ਹੈ ਤੇਰੇ ਅਤੇ ਮੇਰੇ ਰਾਧਾ ਰੋੜਾ ਲਾਡੀ, ਉਹੀ ਆ ਮੇਰਾ ਸਾਲਾ। ਅੱਛਾ, ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀਗਾ ਵੀ ਉਹ ਲਾਡੀ ਹੀ ਹੋ ਸਕਦਾ, ਕਿਉਂਕਿ ਹੋਰ ਨੂੰ ਤਾਂ ਕਿਸੇ ਨੂੰ ਪ੍ਰੋਬਲਮ ਹੀ ਨਹੀਂ ਆਪਣੇ ਰਿਸ਼ਤੇ ਨੂੰ ਲੈ ਕੇ। ਉਹ ਮੇਰੇ ਘਰੇ ਗਿਆ, ਮੇਰੀ ਭਾਬੀ ਨੂੰ ਜਾ ਕੇ ਕਹਿੰਦਾ ਸੋਡੇ ਵਾਲਾ ਤਾਰੀ ਕਹਿੰਦਾ ਮੇਰੇ ਵਿੱਚ ਅੜਦਾ, ਕਹਿੰਦਾ ਮੈਂ ਹੈਪੀ ਨੂੰ ਪਿਆਰ ਕਰਦਾ, ਕਹਿੰਦਾ ਇਹ ਵਿੱਚ ਫਸਦਾ। ਹੁਣ ਦੱਸ ਕੀ ਵਿੱਚ ਫਸਦਾ ਮੈਂ, ਕੀ ਨਾ ਵਿੱਚ ਤਾਂ ਉਹ ਫਸਿਆ ਆਪਣੇ ਰਿਸ਼ਤੇ ਦੇ। ਮੇਰੀ ਗੱਲ ਸੁਣ ਲਾ, ਮੇਰੇ ਲਈ ਇੱਕ ਹੀ ਰਾਹ ਹੈ, ਮਾਤਾ ਨੂੰ ਮੇਰੇ ਸਾਲ ਨੂੰ ਜਾਨੋਂ ਮਾਰੂਗਾ ਚਾਹੇ ਜੇਲ੍ਹ ਜਾਣਾ ਪੈ ਜਾਵੇ। ਨਹੀਂ ਨਹੀਂ ਤਾਰੀ, ਇਹ ਸਭ ਪ੍ਰੋਬਲਮ ਮੇਰੇ ਕਰਕੇ ਆਈ ਹੈ, ਤੈਨੂੰ ਮੈਂ ਹੀ ਲੈ ਕੇ ਆਈ ਹਾਂ ਇਸ ਰਸਤੇ 'ਤੇ, ਤੂੰ ਉਹਨੂੰ ਕਿਉਂ ਮਾਰੇਗਾ? ਉਹਨੂੰ ਤਾਂ ਹੁਣ ਮੈਂ ਮਾਰੂੰਗੀ। ਜੇ ਮਾਰ ਸਕਦੀ ਹੈ ਨਾ ਤਾਂ ਫਿਰ ਕਰਦੇ ਹੱਲ, ਨਹੀਂ ਫਿਰ ਮੈਂ ਤੀਜਾ ਸਾਹ ਨਹੀਂ ਲੈਣ ਦੇਣਾ ਉਹਨੂੰ। ਨਹੀਂ ਨਹੀਂ, ਤੇਰੇ 'ਤੇ ਤਾਂ ਨਾ ਹੀ ਗੱਲ ਆਵੇ ਤਾਂ ਚੰਗੀ ਗੱਲ ਆ। ਪਿਆਰ ਤਾਂ ਤੈਨੂੰ ਮੈਂ ਵੀ ਕਰਦਾ, ਗੱਲ ਆਉਣ ਦੀ ਨਹੀਂ ਹੈਗੀ, ਗੱਲ ਸਿਰਫ ਇੰਨੀ ਹੈ ਵੀ ਹਾਂ ਤੂੰ ਦੇਖ ਵੀ ਤੂੰ ਕਿੰਨਾ ਕੁ ਖੜਦੀ ਹੈ ਮੇਰੇ ਪਿੱਛੇ। ਲੈ ਤਾਰੀ, ਇਹ ਵੀ ਹੁਣ ਕਹਿਣ ਵਾਲੀ ਗੱਲ ਆ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਆਪਣੇ ਦੋਵਾਂ ਦੇ ਵਿੱਚ ਲਾਡੀ ਤਾਂ ਕੀ, ਕੋਈ ਵੀ ਆਵੇ ਨਾ ਛੱਡੂੰਗੀ ਨਹੀਂ ਉਹਨੂੰ ਮੈਂ। ਬਸ ਫਿਰ ਤੈਨੂੰ ਦਿੱਤਾ ਟਾਈਮ, ਜੇ ਕੁਛ ਕਰ ਸਕਦੇ ਨਾ ਕਰਦੇ, ਬਾਕੀ ਨਹੀਂ ਫਿਰ ਮੈਂ ਤਾਂ ਦੇਖ ਹੀ ਲਊਂਗਾ। ਕਰ ਸਕਦੀ ਹੈ ਨਹੀਂ, ਕਰਕੇ ਦਿਖਾਊਂਗੀ। ਹੈਪੀ ਤੂੰ ਇੱਥੇ? ਹਾਂ, ਫਿਰ ਖੜੀ ਕਿਉਂ ਹੈ? ਆਜਾ ਅੰਦਰ, ਚੱਲ ਚਾਹ ਪਾਣੀ ਪੀਨ ਆਜਾ। ਬਹੁਤ ਖੁਸ਼ ਹੈ ਨਾ ਤੂੰ ਮੇਰੀ ਜ਼ਿੰਦਗੀ ਖਰਾਬ ਕਰਕੇ, ਹੈ ਨਾ? ਯਾਰ ਮੈਂ ਤੇਰੀ ਜ਼ਿੰਦਗੀ ਕਿਉਂ ਖਰਾਬ ਕਰੂੰਗਾ, ਨਾਲੇ ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਤੇਰੇ ਲਈ ਤਾਂ ਨਾ ਮੈਂ ਆਪਣੀ ਜਾਨ ਵੀ ਦੇ ਸਕਦਾ। ਅੱਛਾ, ਸੱਚੀ ਮੇਰੇ ਲਈ ਜਾਨ ਦੇ ਸਕਦਾ? ਹਾਂ। ਲੈ ਫਿਰ ਅੱਜ ਜਾਣ ਜਾਈ।